ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਭਾਈ ਕਿ ਅਰਦਾਸ 12:30 ਵਜੇ ਹੋਵੇਗੀ। ਸੁਹਾਗ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਦੀਵਾਨ 'ਚ ਬੈਠੀਆਂ ਭਾਈ ਰਲ ਮਿਲ ਕੇ ਬੈਠਣ ਦੀ ਕਿਰਪਾਲਤਾ ਕਰੋ, ਜਗ੍ਹਾ ਕਾਫੀ ਹੈ ਅਤੇ ਸੰਗਤ ਵੀ ਕਾਫੀ ਆ ਰਹੀ ਹੈ। ਇਹ ਨਹੀਂ ਸੋਚਣਾ ਵੀ ਅਸੀਂ ਬੈਠ ਗਏ ਹਾਂ ਅਤੇ ਦੂਸਰੀ ਸੰਗਤ ਬਾਹਰ ਜਾਏ, ਕਿਉਂਕਿ ਸਾਰਿਆਂ ਨੂੰ ਹਾਜ਼ਰੀ ਭਰਨ ਦਾ ਮੌਕਾ ਦਿਓ, ਸਾਰਿਆਂ ਨੂੰ ਜਗ੍ਹਾ ਦਿਓ ਵੀ ਬੈਠਣ ਦੀ। ਸੋ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਲੰਗਰ ਬਿਲਡਿੰਗ ਵਾਸਤੇ ਸੇਵਾ ਭੇਟਾ ਜਮ੍ਹਾਂ ਕਰਵਾਉਣੀ ਹੋਵੇ, ਸੇਵਾਦਾਰ ਵੀਰ ਦਰਬਾਰ 'ਚ ਬੈਠੇ ਹਨ ਜਾਂ ਹੇਠਾਂ ਤਪ ਸਥਾਨ ਲਾਗੇ ਵੀ ਗੁਰਮੁਖ ਪਿਆਰਾ ਬੈਠਾ ਹੈ, ਸੋ ਆਪ ਸੇਵਾ ਭੇਟਾ ਜਮ੍ਹਾਂ ਕਰਵਾ ਕੇ ਜੋ ਰਸੀਦਾਂ ਪ੍ਰਾਪਤ ਕਰੋਗੇ ਉਹਨਾਂ ਰਸੀਦਾਂ ਦੇ ਨਾਲ ਆਪ ਜੀ ਨੂੰ ਗੁਰੂ ਘਰ ਤੋਂ ਬਖਸ਼ਿਸ਼, ਸਿਰੋ ਭਾਵ ਅਤੇ ਪਿੰਨੀ ਪ੍ਰਸ਼ਾਦ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਤੋਂ ਪ੍ਰਾਪਤ ਹੋਵੇਗਾ। ਸੋ ਭਾਈ ਆਪਣੇ ਮੋਬਾਈਲ ਕੈਮਰੇ ਕੈਸ਼ ਇਤਾਦਿਕ ਸੰਭਾਲ ਕਰਕੇ ਰੱਖੋ, ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣਾ ਸਮਾਨ ਨਾ ਫੜਾਓ ਜੀ। ਸੋ ਹੁਣ ਗੁਰੂ ਘਰ ਕੇ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਪਵਨ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ। ਆਪ ਜੀ ਇਸੇ ਤਰ੍ਹਾਂ ਬੈਠ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਉਣ ਜੀ। ਅਰਦਾਸ 12:30 ਵਜੇ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।